ਖਾਤੇ 'ਚ ਕਰਕੇ ਕਰ ਦਿਓ। ਕੱਲ੍ਹ ਤੋਂ ਸੰਗਤ ਨੇ ਮੈਨੂੰ ਪੁੱਛਣਾ ਵੀ ਸਰਨਾ ਜੀ ਦੀ ਉਂਗਲ ਦੇ ਉੱਪਰ ਇਹ ਤੇ ਨਾਲੇ ਕਹਿੰਦੇ ਮੈਂ ਜੋਤਸ਼ੀ ਨਹੀਂ, ਨਾਲੇ ਜੋਤਸ਼ੀਆਂ ਆਪਣੇ ਨਗ ਪਾਈ ਬੈਠੇ ਆ। ਦੇਖੋ ਮੇਰੀ ਗੱਲ ਸੁਣੋ, ਇਹ ਛਾਪ ਜਿਹੜੀ ਹੈਗੀ ਇਹ ਦੇਖੋ ਕਿੰਨੀ ਨਵੀਂ ਹੈ। ਇਹ ਮੈਨੂੰ 50 ਸਾਲ ਹੋਏ ਇਹਨੂੰ ਵਿਆਹ ਨੂੰ ਤੇ ਮੇਰੀ ਮਿਸੇਜ ਨੇ ਦੇਤੀ, ਮੈਂ ਕੀ ਆਖਾਂ ਚੁੱਕ ਕੇ ਬਾਹਰ ਸੁੱਟ ਗਿਆ। ਅੱਛਾ, ਇਹ ਪਿਆਰ ਦੀ ਨਿਸ਼ਾਨੀ ਹੈ। ਚਲੋ ਪਿਆਰ ਦੀ ਹੈ ਤਾਂ ਨਹੀਂ ਹੈਗੀ। ਚਲੋ ਤੇ ਦੂਜੀ ਕਿਹੜੀ ਜਿਹੜੀ ਨਾਲ ਦੂਸਰੀ ਪਈ ਹੋਈ ਹੈ? ਦੇਖੋ ਗੱਲ ਸੁਣੋ, ਇੱਕ ਮਿੰਟ, ਮੈਂ ਉਂਝ ਕਹਾਂ ਹੁਣ ਤੁਸੀਂ ਕਿਹੋਗੇ ਤੂੰ 5 ਲੱਖ ਦੀ ਘੜੀ ਕਿਉਂ ਪਾਈ ਹੋਈ ਹੈ? ਆ ਵੀ ਸਾਨੂੰ ਨਵਾਂ ਪਤਾ ਲੱਗ ਗਿਆ ਵੀ ਤੁਹਾਡੇ ਕੋਲ 5 ਲੱਖ ਦੀ ਘੜੀ ਹੈ। ਮੇਰੇ ਕੋਲ ਇਹਦੀਆਂ 4 ਹੋਣਗੀਆਂ। ਅੱਛਾ, ਮੈਂ ਆਪਣੇ ਕਿਰਤ ਨਾਲ ਖਰੀਦੀਆਂ ਹੋਈਆਂ, ਮੈਨੂੰ ਹੋਰ ਕੋਈ ਸ਼ੌਂਕ ਹੀ ਨਹੀਂ ਹੈਗਾ। ਅੱਛਾ, ਬਿਲਕੁਲ ਨਹੀਂ ਹੈ। ਮੈਨੂੰ ਸ਼ੌਂਕ ਹੀ ਹੈਗਾ ਬਿਹਤਰੀਨ ਤੋਂ ਬਿਹਤਰੀਨ ਪੈੱਨ, ਮੋਨ ਬਲੈਂਕ ਦੇ, ਕਾਰਟੀਅਰ ਦੇ, ਵਾਟਰਮੈਨ ਦੇ ਮੇਰੇ ਕੋਲ ਪਏ ਨੇ। ਪਿਛਲੇ 30 ਸਾਲ ਪੁਰਾਣੇ ਪੈੱਨ ਮੇਰੇ ਕੋਲ ਪਏ ਹੋਏ ਨੇ। ਜਿਹੜਾ ਉਸ ਕੋਲ ਚੱਲਦਾ ਸੀ ਪੈੱਨ, ਮੈਨੂੰ ਮੇਰੇ ਦਾਹ 'ਚ ਮਿਲਿਆ ਸੀ ਉਹ, ਮੇਰੇ ਕੋਲ ਐਜ਼ ਇਟ ਇਜ਼ ਚਾਂਦੀ ਔਰ ਸੋਨੇ ਦਾ ਪਿਆ, ਮੇਰੇ ਸਹੁਰੇ ਨੇ ਦਿੱਤਾ ਪਿਆ ਹੋਇਆ। ਅੱਛਾ, ਮੇਰੀ ਘੜੀ ਹੈਗੀ ਜਿਹੜੀ ਮੈਨੂੰ ਦਾਹ 'ਚ ਮਿਲੀ ਸੀ, ਅੱਜ ਉਹਦੀ ਕੀਮਤ ਭਾਵੇਂ ਉਹ ਚਾਬੀ ਨਾਲ ਚੱਲਦੀ ਹੈ ਪਰ ਅੰਟੀਕ ਕਰਕੇ ਬੜੀ ਕੀਮਤ ਉਹਦੀ। ਦਾਜ ਵੀ ਲਿਆ ਫਿਰ? ਕਿਹੜਾ ਦਾਜ ਵੀ ਲਿਆ? ਕਿਹੜਾ ਨਹੀਂ ਲੈਂਦਾ। ਦਾਜ ਮਿਲਣਾ ਹੋਰ ਗੱਲ ਹੈ, ਮੰਗਣਾ ਹੋਰ ਗੱਲ। ਅਗਰ ਮੈਂ ਮੰਗਿਆ ਤਾਂ ਗੁਰੂ ਦਾ ਦੇਣ ਦਾ।